ਜਾਵੇ ਸੋਹਣਾ ਦੇਵਾਂ ਜਾਨ ਕਦਮਾਂ ਵਿੱਚ ਰੰਗ ਪੰਜਾਬ ਦੇ ਯੂਟਿਊਬ ਚੈਨਲ ਵੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਧਰਮਾ ਹਰਿਊ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਸ ਤਰ੍ਹਾਂ ਦੋਸਤੋ ਅਸੀਂ ਸਾਡੇ ਚੈਨਲ ਰਾਹੀਂ ਸਮੇਂ ਸਮੇਂ 'ਤੇ ਤੁਹਾਨੂੰ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਮਿਲਾਉਂਦੇ ਹਾਂ, ਉਸੇ ਲੜੀ ਤਹਿਤ ਅੱਜ ਅਸੀਂ ਪੁੱਜੇ ਹੋਏ ਹਾਂ ਜ਼ਿਲ੍ਹਾ ਸੰਗਰੂਰ ਦਾ ਪਿੰਡ ਇਸਤੌਜ ਸ਼ਹੀਦ ਊਧਮ ਸਿੰਘ ਅਕੈਡਮੀ ਇਸਤੌਜ, ਜਿੱਥੇ ਕਿ ਇੱਕ ਬੱਚਾ ਪੜ੍ਹਦਾ ਹੈ ਹਰਮਨ ਸਿੰਘ, ਜਿਸ ਨੇ ਪਿਛਲੇ ਦਿਨੀ PTC ਪੰਜਾਬੀ ਵੱਲੋਂ ਚਲਾਏ ਗਏ ਪ੍ਰੋਗਰਾਮ ਵਾਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 5 ਦੇ ਵਿੱਚ ਮੱਲਾਂ ਮਾਰੀਆਂ ਨੇ, ਜੇਤੂ ਬਣੇ ਨੇ। ਆਓ ਅੱਜ ਆਪਾਂ ਹਰਮਨ ਸਿੰਘ ਨਾਲ ਕਰਦੇ ਹਾਂ ਗੱਲਬਾਤ। ਰੰਗ ਪੰਜਾਬ ਦੇ ਯੂਟਿਊਬ ਚੈਨਲ ਵੱਲੋਂ ਹਰਮਨ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਲੱਖ ਲੱਖ ਵਾਰੀ ਮੁਬਾਰਕਬਾਦ, ਟਰੱਕ ਭਰ ਕੇ ਵਧਾਈਆਂ, ਜੋ ਕਿ ਤੁਸੀਂ PTC ਪੰਜਾਬੀ ਛੋਟਾ ਚੈਂਪ ਵੋਇਸ ਆਫ ਪੰਜਾਬ ਦੇ ਸੀਜ਼ਨ 5 ਦੇ ਵਿਨਰ ਬਣੇ ਹੋ, ਅਤੇ ਸਾਡੇ ਚੈਨਲ ਰੰਗ ਪੰਜਾਬ ਦੇ ਵੱਲੋਂ ਯੂਟਿਊਬ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਮੈਂ ਰੰਗ ਪੰਜਾਬ ਦੇ ਯੂਟਿਊਬ ਚੈਨਲ ਦੀ ਪੂਰੀ ਹੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਅੱਜ ਇਸ ਇੰਟਰਵਿਊ ਦੇ ਲਾਇਕ ਸਮਝਿਆ ਅਤੇ ਇੰਨਾ ਮਾਨ ਸਨਮਾਨ ਅਤੇ ਪਿਆਰ ਬਖਸ਼ਿਆ ਜੀ। ਹਰਮਨ ਸਿੰਘ ਬੇਟੇ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਡਾ ਜਨਮ ਕਦੋਂ ਹੋਇਆ? ਮੇਰਾ ਜਨਮ 21 ਫਰਵਰੀ 2005 ਨੂੰ ਹੋਇਆ ਜੀ। ਪਿਤਾ ਜੀ ਦਾ ਨਾਮ? ਮੇਰੇ ਸਰਦਾਰ ਬਲਜੀਤ ਸਿੰਘ। ਅਤੇ ਮਾਤਾ ਜੀ ਦਾ ਨਾਮ? ਸ਼੍ਰੀਮਤੀ ਕੁਲਦੀਪ ਕੌਰ ਜੀ। ਅਤੇ ਪਿੰਡ? ਮੇਰਾ ਪਿਛੋਕੜ ਪਿੰਡ ਤਾਂ ਤੋਗਾਵਾਲਾ ਹੈ, ਜੋ ਕਿ ਜ਼ਿਲ੍ਹਾ ਸੰਗਰੂਰ ਵਿੱਚ ਹੀ ਪੈਂਦਾ ਹੈ। ਅਤੇ ਅੱਜ ਕੱਲ੍ਹ ਮੇਰੇ ਪਾਪਾ ਦੇ ਜਨਮ ਤੋਂ ਪਹਿਲਾਂ ਹੀ ਅਸੀਂ ਚੀਮਾ ਸਾਹਿਬ ਵਿੱਚ ਆ ਗਏ ਸੀ, ਜਿੱਥੇ ਕਿ ਸੰਤ ਆਤਰ ਸਿੰਘ ਜੀ ਮਹਾਰਾਜ ਜੀ ਦਾ ਜਨਮ ਹੋਇਆ, ਉਸ ਧਰਤੀ 'ਤੇ ਸਾਡਾ ਅਸੀਂ ਆ ਕੇ ਰਹਿਣ ਲੱਗੇ, ਉੱਥੇ ਆ ਕੇ ਰਹਿਣ। ਹਾਂਜੀ। ਅਤੇ ਤੁਹਾਨੂੰ ਗਾਉਣ ਦਾ ਸ਼ੌਂਕ ਕਿਵੇਂ ਪਿਆ? ਮੇਰੀ ਫੈਮਿਲੀ ਵਿੱਚ ਹੀ, ਮੇਰੇ ਵੱਡੇ ਪਾਪਾ ਸਰਦਾਰ ਸਤਪਾਲ ਸਿੰਘ ਜੀ, ਉਹਨਾਂ ਦੇ ਮਤਲਬ ਮੇਰੇ ਕਜ਼ਨ ਮਿਸਟਰ ਹਰਜਿੰਦਰ ਸਿੰਘ ਜੀ, ਅਤੇ ਮੇਰੇ ਪਾਪਾ ਸਰਦਾਰ ਬਲਜੀਤ ਸਿੰਘ ਜੀ, ਸਾਡੇ ਸਾਰੇ ਘਰ ਦਾ ਮਾਹੌਲ ਹੀ ਸੰਗੀਤਕ ਮਾਹੌਲ ਸੀ। ਸੰਗੀਤਕ ਮਾਹੌਲ ਸੀ, ਤੁਹਾਨੂੰ ਗੁੜਤੀ ਹੈ ਜਿਹੜੀ ਉਹ ਪਰਿਵਾਰ ਦੇ ਵਿੱਚੋਂ, ਵਿਰਸੇ ਦੇ ਵਿੱਚੋਂ ਮਿਲੀ, ਆਪਾਂ ਇਹ ਕਹਿ ਸਕਦੇ ਹਾਂ। ਹਾਂਜੀ ਜੀ। ਅਤੇ ਤੁਸੀਂ ਜਦੋਂ ਗਾਉਂਦੇ ਸੀ, ਜਿਵੇਂ ਪਰਿਵਾਰ ਦਾ ਮਾਹੌਲ ਸੀ ਤੁਹਾਡੇ, ਕੋਈ ਕਿੱਦਾਂ ਗਾਉਂਦਾ ਕੋਈ ਕਿੱਦਾਂ ਗਾਉਂਦਾ, ਅਤੇ ਤੁਹਾਡਾ ਫੇਵਰੇਟ ਗੀਤ ਕਿਹੜਾ ਸੀ ਜਿਹੜਾ ਤੁਸੀਂ ਆਮ ਗਾਉਂਦੇ ਹੁੰਦੇ? ਮੈਂ ਸ਼ੁਰੂ ਤੋਂ ਬਾਬਾ ਗਾਉਣਾ ਪਸੰਦ ਕਰਦਾ ਸੀ, ਬਾਬਾ। ਅਤੇ ਬਾਬੇ ਦੇ ਬੋਲ ਹੋ ਜਾਣ ਦੋ। ਹਾਂਜੀ। ਹੋ ਬੋਲ ਮਿੱਟੀ ਦੇ ਆ ਬਾਵੇ ਆਵੇ ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ ਹੋ ਮੇਰਾ ਸੋਹਣਾ ਮਾਹੀ ਆ ਜਾ ਹੋ ਵਾਹ ਜੀ ਵਾਹ। ਅਤੇ ਇਸ ਟਾਈਮ ਉਮਰ ਤੇਰੀ ਕਿੰਨੀ ਹੈ ਜੀ? 13 ਸਾਲ। 13 ਸਾਲ? ਹਾਂਜੀ। ਅਤੇ ਕਿਹੜੀ ਕਲਾਸ 'ਚ ਪੜ੍ਹਦੇ ਸੀ? ਮੈਂ 8th। ਕਿਹੜੇ ਸਕੂਲ 'ਚ ਪੜ੍ਹਦੇ? ਮੈਂ ਸ਼ਹੀਦ ਊਧਮ ਸਿੰਘ ਅਕੈਡਮੀ ਇਸਤੌਜ। ਇਸਤੌਜ, ਜ਼ਿਲ੍ਹਾ ਸੰਗਰੂਰ। ਹਾਂਜੀ। ਭਗਵੰਤ ਮਾਨ ਦੇ ਪਿੰਡ ਪੜ੍ਹਦੇ ਹੋ ਤੁਸੀਂ? ਹਾਂਜੀ। ਠੀਕ ਹੈ। ਅਤੇ ਤੁਹਾਡਾ PTC ਪੰਜਾਬੀ, ਜੋ ਕਿ ਵੋਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ ਸ਼ੁਰੂ ਕੀਤਾ ਉਹਨਾਂ ਨੇ, ਹਾਂਜੀ, ਉਹਦੇ ਵਿੱਚ ਆਉਣ ਦਾ ਸਬੱਬ ਤੁਹਾਡਾ ਕਿਵੇਂ ਬਣਿਆ? ਮੇਰੇ ਸਕੂਲ ਵਿੱਚ ਹੀ ਮੇਰਾ ਇੱਕ ਦੋਸਤ ਸੀ ਲਵਲੀਨ ਸਿੰਘ, ਉਹ ਸੀਜ਼ਨ 3 ਵਿੱਚ ਵੀ ਆਡੀਸ਼ਨ ਦੇਣ ਗਿਆ ਪਰ ਉਹ ਐਲੀਮੀਨੇਟ ਹੋ ਗਿਆ ਸੀ। ਉਸਨੇ ਮੈਨੂੰ ਕਿਹਾ ਕਿ ਤੂੰ ਟਰਾਈ ਕਰ ਇੱਕ ਵਾਰ। ਫਿਰ ਮੈਂ ਸੀਜ਼ਨ 4 ਵਿੱਚ ਜਦੋਂ ਗਿਆ, ਮੈਂ ਮੈਗਾਡੀਸ਼ਨ 'ਚੋਂ ਐਲੀਮੀਨੇਟ ਹੋ ਗਿਆ ਸੀ। ਉਦੋਂ ਮੇਰੇ ਪਾਪਾ ਉੱਥੇ ਇੱਕ ਵਾਅਦਾ ਕਰਕੇ ਆਏ ਸੀ ਕਿ ਅਗਲੀ ਵਾਰ ਆਵਾਂਗੇ ਤਾਂ ਲੱਠ ਕੱਢ ਕੇ ਜਾਵਾਂਗੇ। ਲੱਠ ਕੱਢ ਕੇ ਜਾਵਾਂਗੇ, ਅਤੇ ਉਹ ਲੱਠ ਤੁਸੀਂ 2018 ਦੇ ਵਿੱਚ ਕੱਢਤਾ? ਹਾਂਜੀ। ਠੀਕ ਹੈ ਜੀ। ਅਤੇ ਉਸ ਵਿੱਚ ਤੁਸੀਂ ਕਿਹੜੇ ਕਿਹੜੇ ਗੀਤ ਗਾਏ? ਫਿਰ ਉਹਨਾਂ ਦੇ ਵਿੱਚੋਂ ਕੁਛ ਇੱਕ ਦੋ ਹੋ ਜਾਣਾ। ਹਾਂਜੀ। ਹੋ ਜਾਵੋਨੀ ਕੋਈ ਮੋੜ ਲਿਆਵੋ ਨੀ ਮੇਰੇ ਨਾਲ ਗਿਆ ਅੱਜ ਲੜਕੇ ਹੋ ਅੱਲਾ ਕਰੇ ਕਰ ਆ ਜਾਵੇ ਸੋਹਣਾ ਦੇਵਾਂ ਜਾਨ ਕਦਮਾਂ ਵਿੱਚ ਤਹੀ ਕੇ
ਓ ਛੱਲਾ ਬੇਰੀ ਓਏ ਬੂਰੇ ਵੇ ਵਤਨ ਮਾਹੀ ਦਾ ਦੂਰੇ ਵੇ ਜਾਣਾ ਪਹਿਲੇ ਹੂਰੇ ਵੇ ਗੱਲ ਸੁਣ ਛੱਲਿਆ ਛੋਰਾ ਵੇ ਕਾਦਾ ਲਾਇਆ ਚੋਰਾ। ਵਾਹ ਜੀ ਵਾਹ, ਕਿਆ ਬਾਤ ਹੈ ਜੀ। ਪਰਮਾਤਮਾ ਨੇ ਤੁਹਾਨੂੰ ਗੋਡ ਗਿਫਟ ਜੋ ਆਵਾਜ਼ ਬਖਸ਼ੀ ਹੈ ਨਾ, ਇਹ ਮੈਂ ਕਹਿੰਦਾ ਵੀ ਹਰ ਇੱਕ ਬਖਸ਼ੀ ਕਿਸੇ ਕਿਸੇ ਦੇ ਹਿੱਸੇ ਦੇ ਵਿੱਚ ਆਉਂਦੀ ਹੈ। ਦੁਆ ਆਪਾਂ ਵੈਸੇ ਸਾਰਿਆਂ ਨੂੰ ਦਿੰਦੇ ਹਾਂ ਅਤੇ ਦੇਣੀ ਵੀ ਚਾਹੀਦੀ ਹੈ। ਅਤੇ ਇਸ ਤੋਂ ਇਲਾਵਾ ਹੋਰ ਗੀਤ ਜਿਹਦੇ ਕਰਕੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਛੋਟਾ ਚੈਂਪ ਦਾ ਵਿਨਰ ਬਣਨ ਦਾ ਸੁਭਾਗ ਜਿਹੜਾ ਪ੍ਰਾਪਤ ਹੋਇਆ, ਅਤੇ ਇੱਕ ਹੋਰ ਹੋ ਜਾਏ ਗੀਤ? ਹਾਂਜੀ, ਇੱਕ ਗੀਤ ਜਿਹੜਾ ਮੈਂ ਗ੍ਰੈਂਡ ਫਾਈਨਲ ਵਿੱਚ ਗਾਇਆ ਸੀ, ਜਿਸ ਦੀ ਵਜ੍ਹਾ ਨਾਲ ਮੈਨੂੰ ਲੱਗਦਾ ਕਿ ਮੈਂ ਵਿਨਰ ਬਣਿਆ, ਸੋ ਉਹ ਗੀਤ। ਤਾਰਿਆਂ ਦੇ ਨਾਲ ਗੱਲਾਂ ਕਰਦਾ ਰਹਿੰਦਾ ਏ, ਇੱਕ ਤੇਰੇ ਪਿੱਛੇ ਦਿਲ ਸਾਡਾ ਮਾਰਦਾ ਰਹਿੰਦਾ ਏ। ਤਾਰਿਆਂ ਦੇ ਨਾਲ ਗੱਲਾਂ ਕਰਦਾ ਰਹਿੰਦਾ, ਇੱਕ ਤੇਰੇ ਪਿੱਛੇ ਦਿਲ ਸਾਡਾ ਮਾਰਦਾ ਰਹਿੰਦਾ, ਇੱਕ ਤੂੰ ਹੀ ਸਾਡਾ ਪੂਰਦੀ ਨਾ ਪੱਖ ਅਲੜੇ ਮੇਰੀ ਲੱਗਦੀ ਨਾ, ਅੱਧੀ ਅੱਧੀ ਰਾਤ ਤਾਈਂ ਅੱਖ ਅਲੜੇ ਮੇਰੀ ਲੱਗਦੀ ਨਾ, ਅੱਧੀ ਅੱਧੀ ਰਾਤ ਤਾਈਂ ਅੱਖ ਅਲੜੇ। ਖੁੱਲੀਆਂ ਅੱਖਾਂ ਦੇ ਨਾਲ ਵਹਿੰਦਾ ਰਾਹ ਖਾਬ ਤੇਰੇ ਨਾਲ, ਮੈਂ ਤਾਂ ਜ਼ਿੰਦਗੀ ਬਿਤਾਉਣ ਦੇ, ਤੂੰ ਵੀ ਥੋੜ੍ਹਾ ਬਹੁਤਾ ਕਦੇ ਕਰ ਲੈ ਖਿਆਲ ਮੇਰੇ ਨਾਂ ਦੀ, ਮੈਂ ਦੀ ਹੱਥਾਂ ਤੇ ਸਜਾਉਣ ਦੇ, ਹੋ ਐਵੇਂ ਕਰੀਦਾ ਨੀ ਪਿਆਰਾ ਉੱਤੇ ਸ਼ੱਕ ਅਲੜੇ ਮੇਰੀ ਲੱਗਦੀ ਨਾ, ਅੱਧੀ ਅੱਧੀ ਰਾਤ ਤਾਈਂ ਅੱਖ ਅਲੜੇ ਮੇਰੀ ਲੱਗਦੀ ਨਾ, ਅੱਧੀ ਅੱਧੀ ਰਾਤ ਤਾਈਂ ਅੱਖ ਅਲੜੇ। ਵਾਹ ਜੀ ਵਾਹ, ਵਾਹ ਜੀ ਵਾਹ, ਹਰਮਨ ਸਿੰਘ ਜੀ ਨਜ਼ਾਰਾ ਲਿਆਤਾ। ਅਤੇ ਜਿੰਨਾ ਚਿਰ ਤੁਹਾਡਾ ਜੋ ਸੀਜ਼ਨ ਚੱਲਿਆ ਵੋਇਸ ਆਫ ਪੰਜਾਬੀ ਟੀ ਸੀ ਪੰਜਾਬੀ ਦਾ, ਬਹੁਤ ਸੋਹਣਾ ਉਪਰਾਲਾ ਸੀ ਜੋ ਕਿ ਛੋਟੇ ਛੋਟੇ ਬੱਚਿਆਂ ਨੂੰ ਅੱਗੇ ਲੈ ਕੇ ਆ ਰਹੇ ਨੇ, ਉਸ ਦੇ ਵਿੱਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਸਭ ਤੋਂ ਵੱਧ ਪਿਆਰ ਸਤਿਕਾਰ ਹੈ ਜਿਹੜਾ, ਉਹ ਕਿਹੜੇ ਜੱਜ ਸਾਹਿਬਾਨ ਤੋਂ ਮਿਲਿਆ, ਜਾਂ ਤੁਹਾਡੇ ਮਿਊਜ਼ਿਕ ਡਾਇਰੈਕਟਰ ਤੋਂ, ਜਾਂ ਕਿਸੇ ਕਲਾਕਾਰ ਤੋਂ, ਕਿਹਨਾਂ ਤੋਂ ਸਭ ਤੋਂ ਵੱਧ ਤੁਸੀਂ ਪ੍ਰਭਾਵਿਤ ਹੋਏ, ਜਿਨ੍ਹਾਂ ਨੇ ਮਤਲਬ ਕਿ ਤੁਹਾਡੀ ਕਲਾ ਨੂੰ ਦੇਖਦੇ ਹੋਏ, ਤੁਹਾਡੇ ਗੀਤਾਂ ਨੂੰ ਦੇਖਦੇ ਹੋਏ, ਮਤਲਬ ਕਿ ਤੁਹਾਨੂੰ ਕੋਈ ਵੱਖਰਾ ਮਾਣ ਸਨਮਾਨ, ਵੱਖਰਾ ਪਿਆਰ ਦਿੱਤਾ ਹੋਵੇ? ਪਿਆਰ ਤਾਂ ਵੈਸੇ ਸਾਰਿਆਂ ਨੇ ਦਿੱਤਾ, ਕਿੱਟੂ ਸਰ ਨੇ ਵੀ ਦਿੱਤਾ, ਹੋਰ ਜੇ ਜਿਸ ਨੇ ਵੀ ਦਿੱਤਾ, ਮਿਊਜੀਸ਼ੀਅਨਸ ਨੇ ਵੀ ਦਿੱਤਾ, ਜਿੰਨੇ ਵੀ ਸੀ, ਪਿਆਰ ਤਾਂ ਸਾਰਿਆਂ ਨੇ ਦਿੱਤਾ। ਪਰ ਜਦੋਂ ਮੈਂ ਮੇਰੀ ਇੱਕ ਪਰਫੋਰਮੈਂਸ ਦੇ ਦੌਰਾਨ ਸਚਿਨ ਸਰ ਨੇ ਉੱਠ ਕੇ ਆ ਕੇ ਮੈਨੂੰ ਇੱਕ ਇਨਾਮ ਦਿੱਤਾ ਸੀ 500 ਰੁਪਏ ਦਾ, ਉਹ ਮੇਰੇ ਲਈ 500 ਰੁਪਏ ਨਹੀਂ ਹੈਗੇ, ਉਹ ਮੇਰੇ ਲਈ ਉਹਨਾਂ ਦਾ ਆਸ਼ੀਰਵਾਦ ਸੀ, ਉਹਨਾਂ ਦਾ ਪਿਆਰ ਸੀ ਜਿਹੜਾ ਉਹਨਾਂ ਨੇ ਮੈਨੂੰ ਸਟੇਜ 'ਤੇ ਆ ਕੇ ਦਿੱਤਾ। ਬਿਲਕੁਲ ਜੀ ਬਿਲਕੁਲ, ਕਿਉਂਕਿ ਅਸਲੀ ਸਨਮਾਨ ਜਿਹੜਾ ਆਪਾਂ ਇਸ ਚੀਜ਼ ਨੂੰ ਕਹਿੰਦੇ ਹਾਂ। ਅਤੇ ਤੁਹਾਡੇ ਉਹ ਕੁਛ ਯਾਦ ਹੈ ਜਿਸ ਪਰਫੋਰਮੈਂਸ ਕਰਕੇ ਤੁਹਾਨੂੰ ਉਹਨਾਂ ਨੇ ਉਹ 500 ਰੁਪਏ ਦਾ ਮਾਣ ਤੁਹਾਨੂੰ ਦਿੱਤਾ ਸੀ? ਹੋ ਜੇ ਫਿਰ ਉਹ ਜੀ ਚੱਲਦੇ ਨੇ ਸਾਵੇ ਢੋਲਣਾ ਹੜਾ ਨਾ ਦੂਰ ਕਰੀ, ਤੇਰੇ ਨਾਲ ਚੱਲਦੇ ਨੇ ਸਾਵੇ ਢੋਲਣਾ ਹੜਾ ਨਾ ਦੂਰ ਕਰੀ, ਤੇਰੇ ਨਾਲ ਚੱਲਦੇ ਨੇ ਸਾਵੇ ਢੋਲਣਾ, ਬਿਨ ਤੇਰੇ ਅਸੀਂ ਉਜੜੇ ਹੋਏ ਘਰ ਵਰ ਗਿਆਂ, ਬਿਨ ਤੇਰੇ ਸਭ ਲਈ ਰਾਹ ਦੇ ਪੱਥਰ ਵਰ ਗਿਆਂ, ਹੋ ਬਿਨ ਤੇਰੇ ਅਸੀਂ ਉਜੜੇ ਹੋਏ ਘਰ ਵਰ ਗਿਆਂ, ਬਿਨ ਤੇਰੇ ਸਭ ਲਈ ਰਾਹ ਦੇ ਪੱਥਰ ਵਰ ਗਿਆਂ, ਮਨ ਦਿਆਂ ਕੇ ਔਖਾ ਇਸ਼ਕ ਕਮਾਉਣਾ ਹੁੰਦਾ, ਪਰ ਉਹਨੇ ਤਾਂ ਇੱਕ ਨਾ ਇੱਕ ਦਿਨ ਚੋਣਾ ਹੀ ਹੁੰਦਾ, ਜਿਹੜੇ ਕੋਠੇ ਉੱਗਦੀ ਏ ਕਾਵੇ ਢੋਲਣਾ ਹੜਾ ਨਾ ਦੂਰ ਕਰੀ, ਤੇਰੇ ਨਾਲ ਚੱਲਦੇ ਨੇ ਸਾਵੇ ਢੋਲਣਾ। ਵਾਹ ਜੀ ਵਾਹ, ਵਾਹ ਜੀ ਵਾਹ ਹਰਮਨ ਸਿੰਘ ਜੀ। ਔਰ ਜਿਹੜੇ ਵੀ ਤੁਸੀਂ ਗੀਤ ਉੱਥੇ ਗਾਏ,
ਅਤੇ ਉਹਨਾਂ ਗੀਤਾਂ ਦੀ ਜੋ ਚੋਇਸ ਸੀ ਚੋਣ ਸੀ ਉਹ ਤੁਸੀਂ ਖੁਦ ਕਰਦੇ ਸੀ ਜਾਂ ਉਹ ਤੁਹਾਨੂੰ ਤੁਹਾਡੇ ਮਿਊਜ਼ਿਕ ਡਾਇਰੈਕਟਰ ਕਰਕੇ ਦਿੰਦੇ ਸੀ? ਨਹੀਂ, ਉਹ ਜਿਹੜੇ ਸੀ ਗੀਤ ਗਾਏ ਨੇ ਸਾਰੇ ਜਾਣੇ ਨੇ ਜਿਹਨੇ 24 ਸਿਲੈਕਟ ਹੋ ਕੇ ਗਏ ਸੀ, ਉਹ ਚੋਇਸ ਉਹਨਾਂ ਦੀ ਆਪਦੀ ਸੀ। ਪਰ ਜੇ ਕੋਈ ਕਿਸੇ ਬੱਚੇ ਦਾ ਕੋਈ ਗਾਣਾ ਮਤਲਬ ਉਹਨੂੰ ਨਹੀਂ ਉਹਦੀ ਚੋਇਸ ਹੋ ਪਾ ਰਹੀ ਤਾਂ ਫਿਰ ਉਹ ਆਪ ਦੱਸਦੇ ਸੀ, ਆਪਣਾ ਆਪ ਦੱਸ ਦਿੰਦੇ ਸੀ, ਕਿੱਟੂ ਸਾਹਿਬ ਦੱਸ ਦਿੰਦੇ ਸੀ। ਠੀਕ ਹੈ, ਵੀ ਜਿਹੜਾ ਲੱਗਦਾ ਸੀਗਾ ਵੀ ਇਹਨੂੰ ਨਿਭਾ ਨਹੀਂ ਸਕਦਾ ਤਾਂ ਉਹਨੂੰ ਆਪਣੇ ਵੱਲੋਂ ਦੱਸ ਦਿੰਦੇ ਵੀ ਤੁਸੀਂ ਆਹ ਗਾ ਸਕਦੇ ਹੋ। ਠੀਕ ਹੈ ਜੀ, ਅਤੇ ਜਦੋਂ ਤੁਸੀਂ ਬਿੰਦਰ ਬਣੇ PTC ਪੰਜਾਬੀ ਵੋਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 5 ਦੇ, ਤਾਂ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਸੀ ਉਸ ਟਾਈਮ? ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਅਤੇ ਜਦੋਂ ਮੈਂ ਉੱਥੋਂ ਵਾਪਸ ਆ ਰਿਹਾ ਸੀ ਰਾਸਤੇ ਵਿੱਚ, ਮੇਰਾ ਜਦੋਂ ਮੈਂ ਦਿੱਲੀ ਤੋਂ ਵਾਪਸ ਆ ਰਹੀ ਸੀ ਰਸਤੇ ਵਿੱਚ ਕਈ ਥਾਵਾਂ 'ਤੇ ਸਨਮਾਨ ਕੀਤਾ। ਅਤੇ ਜਦੋਂ ਮੈਂ ਆਪਣੇ ਪਿੰਡ ਪਹੁੰਚਿਆ ਤਾਂ ਉੱਥੋਂ ਜਿਹੜੀ ਪਿੰਡ ਦੀ ਪੰਚਾਇਤ ਸੀ ਉਹਨਾਂ ਨੇ ਇੱਕ ਖਾਸ ਪ੍ਰੋਗਰਾਮ ਰੱਖਿਆ ਸੀ। ਉਹਨਾਂ ਨੇ ਉੱਥੋਂ ਮੈਨੂੰ ਇੱਕ ਖੁੱਲ੍ਹੀ ਜਿਪਸੀ ਵਿੱਚ ਚੜ੍ਹਾ ਕੇ ਫਿਰ ਗੁਰਦੁਆਰੇ ਲੈ ਗਏ ਜਿੱਥੇ ਅਸੀਂ ਮੱਥਾ ਟੇਕਿਆ। ਉਸ ਤੋਂ ਬਾਅਦ ਜਦੋਂ ਅਸੀਂ ਮੇਰੇ ਘਰ ਗਏ, ਉੱਥੇ ਘਰੇ ਪੂਰੀ ਮਤਲਬ ਖੁਸ਼ੀ ਵਾਲਾ ਮਾਹੌਲ ਸੀ, ਸਾਰੇ ਗਿੱਧਾ ਭੰਗੜੇ ਪਾ ਰਹੇ ਸੀ, ਪੂਰੀ ਰੌਣਕ ਲੱਗੀ ਹੋਈ ਸੀ ਘਰ ਦੇ ਵਿੱਚ। ਹਰਮਨ ਸਿੰਘ ਜੀ, ਸ਼ੁਰੂ ਤੋਂ ਲੈ ਕੇ ਜਦੋਂ ਤੁਸੀਂ PTC ਪੰਜਾਬੀ ਵੋਇਸ ਆਫ ਪੰਜਾਬ ਦੇ ਕੰਪੀਟੀਸ਼ਨ ਦੇ ਵਿੱਚ ਗਏ ਹੋ, ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਕਿੰਨਾ ਕਿੰਨਾ ਦਾ ਸਹਿਯੋਗ ਰਿਹਾ? ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਟੀਚਰ ਦਾ ਧੰਨਵਾਦ ਕਰਨਾ ਚਾਹੁੰਦਾ, ਮਿਸਟਰ ਹਰਜਿੰਦਰ ਸਿੰਘ ਜੀ ਜੋ ਕਿ ਮੇਰੇ ਕਜ਼ਨ ਨੇ, ਅਤੇ ਮੈਂ ਆਪਣੇ ਫੈਮਿਲੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ। ਮੈਂ ਆਪਣੇ ਸਕੂਲ ਦਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਅਤੇ ਉੱਥੋਂ ਦੇ ਸਮੂਹ ਸਟਾਫ ਅਤੇ ਚੇਅਰਮੈਨ ਸਰਦਾਰ ਕੁਲਵਿੰਦਰ ਸਿੰਘ ਚਹਿਲ ਜੀ, ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਦੀ ਬਦੌਲਤ, ਜਿਹੜੇ ਕਿ ਮੇਰੇ ਨਾਲ ਆਡੀਸ਼ਨ ਤੋਂ ਲੈ ਕੇ ਗ੍ਰੈਂਡ ਫਿਨਾਲ ਤੱਕ ਰਹੇ ਅਤੇ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਵਿਨਰ ਬਣਿਆ। ਤੁਹਾਡੇ ਸਕੂਲ ਵੱਲੋਂ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਅਤੇ ਉਹਨਾਂ ਵੱਲੋਂ ਤੁਹਾਡੇ ਮਾਨ ਸਨਮਾਨ ਦੇ ਲਈ, ਅਤੇ ਜਿਹੜੇ ਤੁਹਾਡੇ ਹਾਣੀ ਨੇ ਬੱਚੇ ਜਿਨ੍ਹਾਂ ਦੇ ਨਾਲ ਤੁਸੀਂ ਪੜ੍ਹਦੇ ਹੋ, ਅਤੇ ਉਹਨਾਂ ਨੇ ਕਿੱਦਾਂ ਦਾ ਮਾਨ ਸਨਮਾਨ ਤੁਹਾਡਾ ਕੀਤਾ? ਜਦੋਂ ਮੈਂ ਮੈਗਾਡੀਸ਼ਨ ਪਾਰ ਕਰਕੇ ਦਿੱਲੀ ਜਾ ਰਿਹਾ ਸੀ ਉਸ ਸਮੇਂ ਵੀ ਸਕੂਲ ਵਿੱਚ ਪ੍ਰੋਗਰਾਮ ਰੱਖਿਆ ਗਿਆ ਜਾਣ ਵੇਲੇ ਵੀ, ਹਾਂਜੀ, ਜਿੱਥੇ ਟੀਚਰਸ ਨੇ ਜਿਹੜਾ ਪੂਰਾ ਸਟਾਫ ਆ ਸਕੂਲ ਦਾ ਅਤੇ ਮੇਰੇ ਹਾਣੀਆਂ ਨੇ, ਮੇਰੇ ਸਾਥੀਆਂ ਨੇ, ਮੇਰੇ ਦੋਸਤਾਂ ਨੇ ਮੈਨੂੰ ਵੈਲ ਵਿਸ਼ਿਸ਼ ਦੇ ਕੇ ਭੇਜਿਆ, ਅਤੇ ਮੈਂ ਵੀ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਜਿੱਤੇ ਬਿਨਾਂ ਨਹੀਂ ਆਉਂਦਾ, ਜਿੱਤੇ ਬਿਨਾਂ ਨਹੀਂ ਆਉਂਦਾ, ਤੁਹਾਨੂੰ ਆਪਣੀ ਮਿਹਨਤ 'ਤੇ ਮਾਣ ਸੀ। ਹਾਂਜੀ ਹਾਂਜੀ ਹਾਂਜੀ, ਅਤੇ ਜਦੋਂ ਮੈਂ ਵਿਨਰ ਬਣ ਕੇ ਵਾਪਸ ਆਇਆ ਉਸ ਟਾਈਮ ਵੀ ਸਕੂਲ ਵਾਲਿਆਂ ਨੇ ਮੇਰਾ ਸਵਾਗਤ ਕੀਤਾ, ਅਤੇ ਟੀਚਰਸ ਨੇ ਅਤੇ ਮੇਰੇ ਜਿਹੜੇ ਸਾਥੀ ਨੇ ਉਹਨਾਂ ਨੇ ਮੇਰੇ ਬਾਰੇ ਕੁਛ ਨਾ ਕੁਛ ਬੋਲਿਆ ਸਟੇਜ 'ਤੇ, ਅਤੇ ਇੱਕ ਮੇਰੀ ਸਕੂਲ ਵਿੱਚ ਮੈਂ ਆਪਣੀ ਪਰਫੋਰਮੈਂਸ ਪੇਸ਼ ਕੀਤੀ ਉਹਨਾਂ ਸਾਰਿਆਂ ਅੱਗੇ, ਉਸ ਜਿਹੜਾ ਤੁਹਾਡਾ ਸਨਮਾਨ ਸਮਾਰੋਹ ਸੀ। ਹਾਂਜੀ, ਉਹਦੇ ਵਿੱਚ, ਅਤੇ ਉਸ ਤੋਂ ਇਲਾਵਾ ਤੁਹਾਡੇ ਇਲਾਕੇ ਦੇ ਵਿੱਚ ਮਾਨ ਸਨਮਾਨ ਕਿੰਨੇ ਕੁ? ਮਾਨ ਸਨਮਾਨ ਤਾਂ ਹਲ ਵੀ ਹੋ ਰਹੇ ਨੇ, ਚੱਲ ਰਹੇ ਨੇ, ਹਾਂਜੀ, ਪਰ ਕੁਛ ਖਾਸ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਮੇਰਾ ਮਾਨ ਸਨਮਾਨ ਕੀਤਾ, ਉਹ ਜਿਵੇਂ ਕਿ ਨੈਸ਼ਨਲ ਕਾਲਜ ਭਿੱਖੀ ਪ੍ਰਿੰਸੀਪਲ ਸਤਵਿੰਦਰ ਸਿੰਘ ਢਿੱਲੋਂ ਜੀ, KCT ਕਾਲਜ ਫਤਿਹਗੜ੍ਹ, ਅਤੇ ਵਿਦਿਆ ਰਤਨ ਕਾਲਜ, ਇਹਨਾਂ ਨੇ ਮਤਲਬ ਮੈਨੂੰ ਸਨਮਾਨਿਤ ਕੀਤਾ। ਅਤੇ ਇਸ ਤੋਂ ਇਲਾਵਾ ਤੁਹਾਨੂੰ ਕੋਈ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਬੁਲਾ ਕੇ ਵੀ ਵਿਸ਼ੇਸ਼ ਤੌਰ 'ਤੇ ਜਿੱਥੇ ਤੁਹਾਡਾ ਮਤਲਬ ਐਂ ਕਹਿ ਲਈਏ ਵੀ ਕਿ ਅਫਸਰ ਬੈਠੇ ਹੋਣ, ਹਾਂਜੀ, ਅਤੇ ਵਿਸ਼ੇਸ਼ ਦਿਨ 'ਤੇ ਵੀ ਤੁਹਾਡਾ ਕੋਈ ਮਾਨ ਸਨਮਾਨ ਜਾਂ ਤੁਹਾਡੇ ਕੋਈ ਗੀਤ ਸੁਣੇ ਨੇ? 15 ਅਗਸਤ ਨੂੰ ਸਨਾਮ ਸ਼ਹੀਦ ਊਧਮ ਸਿੰਘ ਸਟੇਡੀਅਮ ਵਿੱਚ ਮੇਰਾ ਸਨਮਾਨ ਰੱਖਿਆ ਗਿਆ, ਜਿੱਥੇ SDM ਸਾਹਿਬ ਨੇ ਮੈਨੂੰ ਸਨਮਾਨਿਤ ਕੀਤਾ, ਅਤੇ ਉੱਥੇ ਮੈਂ ਆਪਣੇ ਵੱਲੋਂ ਕੁਛ ਪੇਸ਼ਕਾਰੀ ਪੇਸ਼ ਕੀਤੀ ਇੰਡੀਪੈਂਡੈਂਸ ਡੇ ਦੇ ਉੱਤੇ, ਅਤੇ ਉੱਥੇ ਲੋਕਾਂ ਵੱਲੋਂ ਮੈਨੂੰ ਬਹੁਤ ਪਿਆਰ ਮਿਲਿਆ ਜੀ। ਚਲੋ, ਮਿਲਦਾ ਹੀ ਰਹਿਣਾ ਜੀ, ਕਿਉਂਕਿ ਉਮਰ ਛੋਟੀ ਹੈ ਨਾਮ ਵੱਡਾ, ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਅਸੀਂ ਪਹਿਲਾਂ ਵੀ ਦੱਸਿਆ ਕਿਸੇ ਦੀ ਹੁੰਦੀ ਹੈ ਇਹ। ਸੋ ਤੁਹਾਡਾ ਅਗਲਾ ਕੀ ਟਾਰਗੇਟ ਹੈ ਤੁਹਾਡਾ, ਕਿ ਤੁਸੀਂ ਕੋਈ ਸਿੰਗਲ ਟਰੈਕ ਗੀਤ ਵਗੈਰਾ ਕਰਨਾ ਚਾਹੁੰਦੇ ਹੋ, ਜਾਂ ਅਗਲਾ ਤੁਹਾਡਾ ਕੀ ਪ੍ਰੋਗਰਾਮ ਹੈ ਉਹ ਵੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ। ਸਿੰਗਲ ਟਰੈਕ ਤਾਂ ਹਲੇ ਮੈਂ ਛੋਟਾ ਗਾ, ਇਸ ਕਰਕੇ ਥੋੜ੍ਹਾ ਜਿਹਾ ਦੇਖ ਕੇ ਬਾਅਦ ਚੋਂ, ਅਤੇ ਹੁਣ ਮੈਂ ਹਿੰਦੀ ਪ੍ਰੋਗਰਾਮ ਦੀ ਤਿਆਰੀ ਕਰ ਰਿਹਾ ਕੰਪੀਟੀਸ਼ਨ, ਹਾਂਜੀ, ਅਤੇ ਹਜੇ ਮਤਲਬ ਕਿ ਤੁਹਾਡਾ ਜਿਹੜਾ ਇਰਾਦਾ ਹੈ ਉਹ ਗੀਤ ਗਾਉਣ ਦੇ ਵਿੱਚ, ਕਹਿਣ ਦਾ ਮਤਲਬ ਕੋਈ ਗੀਤ ਰਿਕਾਰਡਿੰਗ ਕਰਾਉਣ ਦੇ ਚੱਕਰ ਦੇ ਵਿੱਚ ਨਹੀਂ, ਤੁਸੀਂ ਹਜੇ ਹੋਰ ਤਿਆਰੀ ਕਰਨੀ ਹੈ, ਹਾਂਜੀ, ਅਤੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਹਾਂਜੀ, ਚਲੋ ਉਹ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੂਗਾ, ਸਾਡੀਆਂ ਵੀ ਗੁੱਡ ਵਿਸ਼ੇਸ਼ ਤੁਹਾਡੇ ਲਈ ਕਿ ਤੁਸੀਂ ਅਗਲੇ ਜਿਹੜੇ ਵੀ ਤੁਸੀਂ ਕੰਪੀਟੀਸ਼ਨ ਲੜੋ ਉਹਨਾਂ ਦੇ ਵਿੱਚੋਂ ਵਿਨਰ ਹੋ। ਤਾਂ ਔਰ ਜਦੋਂ ਤੁਸੀਂ ਅੱਗੇ ਗੀਤ ਕਰੋਗੇ, ਹਾਂਜੀ, ਜਿਵੇਂ ਅੱਜ ਦਾ ਜਿਹੜਾ ਦੌਰ ਚੱਲਦਾ ਛੇਤੀ ਛੇਤੀ ਸਟਾਰ ਹੋਣ ਦੇ ਚੱਕਰ ਦੇ ਵਿੱਚ ਪਤਾ ਨਹੀਂ ਕੌਣ ਕੀ ਗਾਈ ਜਾਂਦਾ,
ਜਿਵੇਂ ਨਾ ਇੱਕ ਪੰਜਾਬੀ 'ਚ ਆਪਣੇ ਬਜ਼ੁਰਗ ਗੱਲਾਂ ਕਹਿੰਦੇ ਹੁੰਦੇ ਨੇ, ਅੰਨੀ ਨੂੰ ਬੋਲਾ ਕਿਹੜੀ ਸਿਫਰਤ ਹੈ, ਇਹ ਇੱਕ ਕਹਾਵਤ ਹੈ ਸਾਡੀ, ਇਹ ਸੱਚ ਹੈ। ਸੋ ਉਹਦੇ ਮੁਤਾਬਕ ਦੇਖੋ, ਜਿਵੇਂ ਕੋਈ ਰਫਲਾਂ ਚੱਕੀ ਫਿਰਦਾ, ਕੋਈ ਅਸਲਾਂ ਚੱਕੀ ਫਿਰਦਾ, ਜਿਵੇਂ ਕਿਸੇ ਨੇ ਕਿਹਾ ਸੀ ਲੱਕ 'ਤੇ ਪੈਂਟ ਨਹੀਂ ਖੜਦੀ, ਗੱਲਾਂ ਬਦਮਾਸ਼ੀ ਦੀਆਂ ਚੱਲ ਰਹੀਆਂ ਨੇ ਆਮ ਗੀਤਾਂ ਦੇ ਵਿੱਚ, ਇਹ ਕਹਾਵਤ ਹੈ। ਕਿ ਤੁਸੀਂ ਕਿੱਦਾਂ ਦਾ ਗੀਤ ਕਰੋਗੇ ਜਦੋਂ ਵੀ ਕਰਦੇ ਹੋ ਤਾਂ? ਮੈਂ ਜਿਹੜੇ ਸਰੋਤੇ ਮੈਨੂੰ ਸੁਣਨ ਵਾਲੇ ਨੇ ਉਹਨਾਂ ਸਾਰਿਆਂ ਨੂੰ ਯਕੀਨ ਦਵਾਉਣਾ ਕਿ ਮੈਂ ਲੱਚਰ ਗਾਇਕੀ ਤੋਂ ਪਰਹੇਜ਼ ਕਰਕੇ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੂੰਗਾ ਅਤੇ ਹਮੇਸ਼ਾ ਇਹੋ ਜਿਹੇ ਗੀਤ ਗਾਊਂਗਾ ਜਿਹੜੇ ਕਿ ਪਰਿਵਾਰ ਵਿੱਚ ਬੈਠ ਕੇ ਸੁਣਨ ਯੋਗ ਹੋਣ। ਜੀ ਬਿਲਕੁਲ ਜੀ, ਬਹੁਤ ਵਧੀਆ ਕੋਸ਼ਿਸ਼ ਤੁਹਾਡੀ, ਅਤੇ ਇੱਦਾਂ ਦੀ ਕਰਨਾ ਚਾਹੀਦਾ ਕਿਉਂਕਿ ਸਾਡੇ ਕਲਾਕਾਰ ਨੇ, ਗੀਤਕਾਰ ਨੇ, ਇਹ ਸਾਡੇ ਸਮਾਜ ਦਾ ਸ਼ੀਸ਼ਾ ਹੁੰਦੇ ਨੇ। ਤੁਸੀਂ ਬੱਚੇ ਹੋ ਪਰ ਜੇ ਤੁਹਾਡੀ ਕਲਾ ਵੇਖੀਏ ਤਾਂ ਤੁਸੀਂ ਬੱਚੇ ਵੀ ਨਹੀਂ, ਤੁਸੀਂ ਬਹੁਤ ਕੁਝ ਸਿੱਖੇ ਹੋਏ ਹੋ, ਸਿੱਖ ਰਹੇ ਹੋ। ਸੋ ਉਸੇ ਤਹਿਤ ਦੇਖੋ, ਤੁਹਾਨੂੰ ਜਿਹੜੇ ਤੁਹਾਡੇ ਸਕੂਲ ਦੇ ਬੱਚੇ ਨੇ, ਤੁਹਾਡੇ ਪਿੰਡ ਦੇ ਤਰੇਹਾਣੀ ਨੇ, ਉਹਨਾਂ ਨੂੰ ਤੁਹਾਡੇ ਬਾਰੇ, ਤੁਹਾਨੂੰ ਉਹਨਾਂ ਬਾਰੇ ਪਤਾ ਹੈ, ਤੁਸੀਂ ਨੇੜੇ ਰਹਿੰਦੇ ਹੋ, ਪਰ ਜਿਨ੍ਹਾਂ ਨੇ PTC ਪੰਜਾਬੀ ਦੇ ਜ਼ਰੀਏ ਵਰਲਡ ਦੇ ਵਿੱਚ ਬੈਠੇ ਤੁਹਾਡੀ ਉਮਰ ਦੇ ਜਿਹੜੇ ਬੱਚੇ ਸੀ, ਤੁਹਾਨੂੰ ਵੇਖਿਆ, ਤੁਹਾਨੂੰ ਸੁਣਿਆ, ਉਹਨਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਆਇਆ ਹੋਊਗਾ ਵੀ ਕਾਸ਼ ਅਸੀਂ ਵੀ ਅੱਜ PTC 'ਤੇ ਹੁੰਦੇ ਜੇ ਅਸੀਂ ਗਾਉਂਦੇ ਹੁੰਦੇ। ਅਤੇ ਤੁਸੀਂ ਉਹਨਾਂ ਨੂੰ ਆਪਣੇ ਹਾਣੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਉਹਨਾਂ ਨੂੰ ਪੜ੍ਹਾਈ ਦੌਰਾਨ ਕੀ ਕੁਛ ਕਰਨਾ ਚਾਹੀਦਾ? ਮੈਂ ਤਾਂ ਬਸ ਉਹਨਾਂ ਨੂੰ ਆਪਣੇ ਹਾਣੀਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਅੱਜ ਆਪਣਾ ਇੱਕ ਟਾਰਗੇਟ ਸੈੱਟ ਕਰੋ, ਪੜ੍ਹਾਈ ਦੇ ਨਾਲ ਨਾਲ ਕੋਈ ਟਾਰਗੇਟ ਸੈੱਟ ਕਰੋ ਅਤੇ ਉਹਨੂੰ ਅਚੀਵ ਕਰਨ ਲਈ ਪੂਰੀ ਮਿਹਨਤ ਕਰੋ ਜੀ। ਔਰ ਕਿਸੇ ਵੀ ਫੀਲਡ ਵਿੱਚ ਹੋ ਸਕਦਾ, ਗੇਮਸ ਵਿੱਚ, ਮਿਊਜ਼ਿਕ ਵਿੱਚ, ਜੋ ਵੀ ਸੁਣਾ ਤੁਹਾਨੂੰ ਚੰਗਾ ਲੱਗਦਾ। ਐਜੂਕੇਸ਼ਨ ਲਈ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਆਪਣੇ ਮਾਤਾ ਪਿਤਾ ਦਾ ਅਤੇ ਆਪਣੇ ਟੀਚਰਸ ਦਾ ਸਤਿਕਾਰ ਕਰਦੇ ਰਹੋ। ਬਿਲਕੁਲ ਜੀ ਬਿਲਕੁਲ, ਕਿਉਂਕਿ ਵੱਡਿਆਂ ਦਾ ਸਤਿਕਾਰ ਕਰਾਂਗੇ ਤਾਂ ਉਹਨਾਂ ਤੋਂ ਕੁਛ ਹਾਸਲ ਕਰਾਂਗੇ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਹਰਮਨ ਸਿੰਘ ਜੀ, ਤੁਸੀਂ ਸਾਡੇ ਲਈ ਸਮਾਂ ਕੱਢਿਆ, ਅਤੇ ਅਸੀਂ ਇੱਕ ਵਾਰੀ ਫਿਰ ਦੁਆ ਕਰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਹਰ ਘਰ ਦੇ ਵਿੱਚ ਤੁਹਾਡੇ ਵਰਗਾ ਹੀਰਾ ਪੈਦਾ ਕਰੇ। ਕਿਉਂਕਿ ਮੈਂ ਤਾਂ ਅਕਸਰ ਇੱਕ ਕਬੱਡੀ ਟੂਰਨਾਮੈਂਟ ਦੇ ਸ਼ਹਿਰ ਬੋਲਦਾ ਹੁੰਦਾ ਕਿ ਸਮੇਂ ਸਮੇਂ 'ਤੇ ਗੱਲਾਂ ਸੋਹਦੀਆਂ ਨੇ, ਹਰ ਵੇਲੇ ਨਹੀਂ ਹੁੰਦਾ ਮਜ਼ਾਕ ਚੰਗਾ, ਹੁੰਦਾ ਉਹੀ ਮਨਜ਼ੂਰ ਜੋ ਰੱਬ ਨੂੰ ਹੈ, ਕਿਸਮਤ ਨਾਲ ਹੀ ਮਿਲਦਾ ਇਹ ਸਾਕ ਚੰਗਾ, ਕਲੇਸ਼ ਨਿੱਤ ਦਾ ਸੱਦੇ ਕੰਗਾਲੀਆਂ ਨੂੰ, ਬਰਕਤਾਂ ਪਾਉਂਦਾ ਇਹ ਸਦਾ ਇਤਫਾਕ ਚੰਗਾ, ਧਰਮੇ ਹਰਿਆਊ ਇਹ ਮਾੜਾ ਉਜਾੜ ਦਿੰਦਾ, ਨਾ ਚਮਕਾਉਂਦਾ ਇਹ ਸਦਾ ਜਵਾਕ ਚੰਗਾ, ਨਾ ਚਮਕਾਉਂਦਾ ਇਹ ਸਦਾ ਜਵਾਕ ਚੰਗਾ। ਸੋ ਸਾਨੂੰ, ਸਾਡੇ ਸਮਾਜ ਨੂੰ ਅਤੇ ਤੁਹਾਡੇ ਮਾਤਾ ਪਿਤਾ ਨੂੰ ਪੂਰਨ ਆਸਾਂ ਨੇ ਤੁਹਾਡੇ ਤੋਂ, ਜੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੀਆਂ ਕਰੋਗੇ, ਅਤੇ ਅਸੀਂ ਇੱਕ ਵਾਰੀ ਫਿਰ ਦੁਆ ਕਰਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਕਿ ਤੁਹਾਡੇ ਵਰਗੇ ਹੀਰੇ ਪੁੱਤ ਹਰ ਘਰ ਦੇ ਵਿੱਚ ਪੈਦਾ ਹੋਣ। ਸੋ ਦੋਸਤੋ, ਇਹ ਸਨ ਮੇਰੇ ਨਾਲ ਛੋਟਾ ਚੈਂਪ ਵੋਇਸ ਆਫ ਪੰਜਾਬ Season 5 ਦੇ ਜੇਤੂ, ਜੋ ਕਿ PTC ਪੰਜਾਬੀ ਦਾ ਬਹੁਤ ਸੋਹਣਾ ਉਪਰਾਲਾ ਸੀ, ਜੋ ਕਿ ਸਮੇਂ ਸਮੇਂ 'ਤੇ ਹੀਰੇ ਤਰਾਸਦੇ ਨੇ, ਉਹਨਾਂ ਦੇ ਵਿਨਰ ਹਰਮਨ ਸਿੰਘ ਚੀਮਾ, ਜੋ ਕਿ ਨਾਨਕਸਰ ਚੀਮਾ ਪਿੰਡ ਕਹਿੰਦੇ ਨੇ, ਜ਼ਿਲ੍ਹਾ ਸੰਗਰੂਰ ਦਾ, ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ, ਸਾਰਿਆਂ ਨੇ PTC 'ਤੇ ਵੇਖਿਆ। ਸੋ ਅਗਲੀ ਵਾਰੀ ਤੁਹਾਨੂੰ ਕਿਸੇ ਹੋਰ ਸਟਾਰ ਨੂੰ ਮਿਲਾਵਾਂਗੇ, ਉਦੋਂ ਤੱਕ ਮੈਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ।